ਅੰਮ੍ਰਿਤਸਰ ਦੇ ਨਜ਼ਦੀਕੀ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਭੁੱਲਰ ਵਿੱਚ ਦੋ ਧਿਰਾਂ ਵਿੱਚ ਖੂਨੀ ਤਕਰਾਰ ਦੌਰਾਨ ਤਿੰਨ ਲੋਕਾਂ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਧਿਰ ਦੇ ਜ਼ਖਮੀ ਵਿਅਕਤੀ ਸਿਵਲ ਹਸਪਤਾਲ ਤਰਨਤਾਰਨ ਵਿਖੇ ਜ਼ੇਰੇ ਇਲਾਜ ਹਨ। ਉੱਥੇ ਹੀ ਦੂਜੀ ਧਿਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਮਿਲੇ। ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੱਕ ਧਿਰ ਦੇ ਪੀੜਤ ਵਿਅਕਤੀ ਨੇ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਸਾਡੇ ਨਾਲ ਪੁਰਾਣੀ ਰੰਜਿਸ਼ ਦੇ ਕਾਰਨ ਇਹ ਹਮਲਾ ਹੋਇਆ ਹੈ। ਉਹਨਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਮਾਮਲੇ ਹੋ ਚੁੱਕੇ ਨੇ ਅਤੇ ਪਿੰਡ ਦੀ ਪੰਚਾਇਤ ਵੱਲੋਂ ਹੀ ਕਈ ਵਾਰ ਫੈਸਲਾ ਕਰਵਾਇਆ ਗਿਆ ਹੈ, ਪਰ ਇੱਕ ਵਾਰ ਫਿਰ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਤੇ ਹਮਲਾ ਕੀਤਾ ਗਿਆ ਤੇ ਤਿੱਖੇ ਹਥਿਆਰਾਂ ਨਾਲ ਉਹਨਾਂ ਦੀ ਮਾਰਕੁੱਟ ਕੀਤੀ ਗਈ। ਪੀੜਤ ਪਰਿਵਾਰ ਨੇ ਇਸ ਮੌਕੇ ਦੇ ਉੱਤੇ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਸਤਨਾਮ ਸਿੰਘ, ਭੁੱਲਰ ਪਿੰਡ। ਕੀ ਮਾਮਲਾ ਹੈ ਜੀ ਸਰ? ਮਾਮਲਾ ਸਰ, ਪਹਿਲਾਂ ਹੀ ਆਪਣੇ ਦਾ ਰੰਜਿਸ਼ ਰੱਖਦੇ ਆਉਂਦੇ ਸੀ। ਵਿੱਚੋਂ ਕਿਹੜੇ ਬੰਦੇ? ਇਹ ਕੁਲਦੀਪ ਸਿੰਘ ਮੇਹਰ ਸਿੰਘ ਦੇ ਪਰਿਵਾਰ 'ਚੋਂ ਆ, ਤਿੰਨੇ ਮੁੰਡੇ, ਚੌਥਾ ਸੁਖਵੰਤ ਸਿੰਘ ਆ। ਇਹਨਾਂ ਛੋਟੇ ਮੁੰਡੇ ਦੇ ਵਿੱਚ ਹੱਲਾਂ ਮਾਰੀਆਂ ਰਾਤ, ਮੈਂ ਵੀ ਨਾਲ ਹਾਂ 10:30 ਵਜੇ। ਉਸ ਤੋਂ ਬਾਅਦ ਉਹਨਾਂ ਨੂੰ ਮੇਰੇ ਦੋਹਰੇ ਘਰ ਜਾ ਕੇ ਪਏ ਇਸ ਗੱਲ ਤੋਂ। ਦੁਬਾਰੇ ਮਾਰਨ ਦੀ ਕੋਸ਼ਿਸ਼ ਕੀਤੀ ਛੋਟੇ ਨੂੰ ਅਤੇ ਮਾਂ ਨੂੰ ਵੀ, ਇਹਨਾਂ ਜਾਤੀ ਲਫ਼ਜ਼ ਵੀ ਬੋਲੇ ਨਾਲ, ਲੜਕਾਰੇ ਮਾਰੇ ਪੂਰੇ ਘਰ ਗੜੀ ਆ ਕੇ। ਹੁਣ ਇਹਨਾਂ ਨੇ ਝੂਠਾ ਪਰਚਾ ਬਣਾਉਂਦੇ ਪਏ 307 ਦਾ ਮੇਰੇ ਉੱਤੇ। ਰੰਜਿਸ਼ ਕੀ ਹੈ ਭਾਅ? ਧਮਕੀਆਂ ਦਿੰਦੇ ਪਏ। ਰੰਜਿਸ਼ ਇਹ ਭਾਅ ਜੀ ਪਹਿਲੇ ਦਿਨ ਤੋਂ ਰੱਖਦੇ ਪਏ, ਅੱਗੇ ਵੀ ਇਹਨਾਂ ਨਾਲ ਝਗੜਾ ਇੱਕ ਹੋ ਚੁੱਕਾ ਅਤੇ 24 ਦਾ ਪਰਚਾ ਇਹਨਾਂ 'ਤੇ ਹੋਇਆ ਸੀ ਦਰਜ। ਹਾਂਜੀ, ਉਹਦੀਆਂ ਮੇਰੇ ਤੋਂ ਫੋਟੋ ਕਾਪੀਆਂ ਪਈਆਂ ਹੈਗੀਆਂ ਵਾ, ਉੱਥੇ ਜੁਰਮਾਨਾ ਵੀ ਲਿਖਿਆ ਹੋਇਆ ਸੀ ਜਿਹੜਾ ਵਾਅਦਾ ਕਰੂੰ, ਪਰ ਇਹਨੇ ਵਾਅਦਾ ਫੇਰ ਕਰਤਾ। ਦੋਹਰੇ ਜਾ ਕੇ ਮੇਰੇ ਘਰ ਇਸ ਨੇ ਲੜਕਾਰੇ ਮਾਰੇ, ਜਾਤੀ ਲਫ਼ਜ਼ ਬੋਲੇ ਮੈਨੂੰ ਵੀ ਤੂੰ, ਇਸਨੇ ਜਿਹਨੇ ਜਾਤੀ ਲਫ਼ਜ਼ ਚੂੜ ਚੜਾਮਾ ਬੋਲਿਆ ਵਾ, ਚੜਾਮਾ ਨੂੰ ਚੁੱਕ ਕੇ ਘਰ ਖੜਨ ਦੇ ਲਫ਼ਜ਼ ਇਹਨਾਂ ਬੋਲੇ। ਇਸ ਬੰਦੇ ਗਵਾਹ ਵੀ ਹੈਗੇ ਇਸ ਗੱਲ ਦੇ ਵੀ ਇਹਨਾਂ ਜਿਹਨਾਂ ਦੇ ਸਾਹਮਣੇ ਇਹਨੇ ਕਿਹਾ ਵੀ ਚੁੱਕ ਕੇ ਘਰ ਖੜਨੇ ਸੀ। ਕਿੱਥੇ ਸੱਟਾਂ ਲੱਗੀਆਂ ਤੁਹਾਡੇ? ਮੇਰੇ ਸਿਰ ਦੇ ਵਿੱਚ ਸਰ। ਭਰਾ ਤੁਹਾਡੇ? ਉਹਦੇ ਸਿਰ 'ਚ ਸਰ। ਕਿਹੜੇ ਦੇ ਹੱਥ 'ਚ? ਦਾਤਰ ਇੱਕ ਕਿਰਚੀ ਸੁਖਵੰਤ ਸਿੰਘ ਦੇ ਹੱਥ 'ਚ, ਇੱਕ ਬਰਸ਼ਾ ਸੀ ਇਹਨਾਂ ਦੇ। ਉਹਨਾਂ ਦੇ ਕੁਛ ਹਥਿਆਰ ਸਾਡੇ ਘਰੇ ਵੀ ਪਏ ਆ, ਬਰਸ਼ਾ, ਦਾਤਰ। ਬੰਦੇ ਸਾਰੇ 5 ਜਾਣੇ। ਪੁਲਿਸ ਸਾਡੀ ਕੰਪਲੇਂਟ ਕੀਤੀ ਨੂੰ ਅੱਜ 23 ਤਰੀਕ ਤੋਂ ਅੱਜ ਤੱਕ ਪੁਲਿਸ ਸਾਡੇ ਤੱਕ ਬਿਆਨ ਲੈਣ ਤੱਕ ਨਹੀਂ ਪਹੁੰਚੀ ਹਨ। ਮਾਤਾ ਦੀ ਡੈਥ ਹੋ ਗਈ, ਇੱਕ ਸਾਡੀ ਤਾਈ ਜੀ ਉਹਨਾਂ ਦੀ, ਸਦਮਾ ਇਸੇ ਗੱਲ ਦਾ ਲੈ ਗਏ ਉਹ। ਇਹਨਾਂ ਨੇ ਉਦਣ ਸਾਨੂੰ ਘਰੇ ਜਾ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਉਦਣ ਦੇਖੋ ਗੱਲ ਕਰੀ ਜਾਂਦੀ ਸਾਡੇ ਮੁੰਡੇ ਮਾਰ ਦਿੰਦੇ ਉਹਨਾਂ, ਸਾਡੇ ਮੁੰਡੇ ਮਾਰ ਦਿੰਦੇ ਆ, ਅਤੇ ਰਾਤ ਹੀ ਉਹਨਾਂ ਦੀ ਤਾਂ ਡੈਥ ਹੋ ਗਈ ਆ ਇਹਨਾਂ ਦੇ ਸਦਮੇ ਦਾ ਕਰਕੇ। ਉੱਥੇ ਜ਼ਿੰਮੇਵਾਰ ਵੀ ਇਹ ਬਣਦੇ ਸਾਰੇ। ਪੁਲਿਸ ਨੂੰ ਦੱਸਿਆ ਸਰ? ਹਾਂਜੀ, ਕੰਪਲੇਂਟ ਕੀਤੀ ਹੈ। ਉਹ ਕਹਿੰਦੇ ਆ ਵੀ ਬਣਦੀ ਕਾਰਵਾਈ ਪਾਵਾਂਗੇ ਹੁਣ ਜਿਹੜੀ ਪਊਗੀ। ਸੋਹਣੇ ਆ ਵੀ ਸਾਡੀ ਜੋ ਮੰਗ ਆ, ਮਤਲਬ ਕਿ ਬਣਦੀ ਕਾਰਵਾਈ ਕੀਤੀ ਜਾਵੇ, ਜਿਹੜਾ ਇਹਨਾਂ ਨੇ ਮਤਲਬ ਕਿ ਸਾਡੇ 'ਤੇ ਆਣ ਕੇ ਵਾਅਦਾ ਕੀਤਾ, ਉਹ ਕੁਛ ਜਾਤੀ ਲਫ਼ਜ਼ ਸਾਨੂੰ ਬੋਲੇ ਆ ਇਹਨਾਂ ਨੇ ਆਣ ਕੇ, ਛੋਟੀ ਜਾਤ ਦਾ ਕਰਕੇ ਇਹਨਾਂ ਲਲਕਾਰੇ ਮਾਰੇ ਆ। ਹੁਣ ਇਹਨਾਂ ਚਾਹੁੰਦੇ ਆ ਵੀ ਜੋ ਇਹਨਾਂ ਨੇ ਝੂਠਾ ਬਣਾਇਆ ਇਲਜ਼ਾਮ ਸਾਰਾ, ਉਹ ਸਾਰਾ ਝੂਠਾ ਇਹਨਾਂ ਦਾ। ਅਕਾਸ਼ਦੀਪ ਸਿੰਘ ਪਿੰਡ ਭੁੱਲਰ। ਲੜਾਈ ਮੇਹਰ ਸਿੰਘ ਹੋਣੀ ਅਤੇ ਕੁਲਦੀਪ ਸਿੰਘ ਹੋਣੀ ਘਰੇ ਆਣ ਕੇ ਪੈ ਗਏ ਨੇ। ਵਜ੍ਹਾ ਉਹਨਾਂ ਹੱਲਾ ਮਾਰੀਆਂ ਸੀ ਸਾਡੇ ਵਿੱਚ ਪਹਿਲਾਂ, ਅਤੇ ਘਰ ਆਣ ਕੇ ਮਤਲਬ ਭਰਾ ਮੇਰਾ ਮਤਲਬ ਚੜ ਗਿਆ, ਪਿੰਡ ਚੜ ਗਿਆ, ਅਤੇ ਉਹ ਪਿੱਛੋਂ ਆਣ ਕੇ ਸਾਡੇ ਘਰ ਮੇਰੀ ਮਾਤਾ ਜੀ ਨੇ ਸੱਟਾਂ ਲਾਤੀਆਂ ਉਹਨਾਂ, ਅਤੇ ਪਿੱਛੋਂ ਮੇਰੇ ਭਰਾ ਆਏ ਅਤੇ ਉਹਨਾਂ ਦੇ ਦਾਤਰ ਮਾਰਤੇ ਉਹਨਾਂ, ਕਾਫੀ ਸੱਟਾਂ ਲਾਈਆਂ ਸਿਰ 'ਚ ਵੀ, ਮਤਲਬ ਕਿ ਉਹਨਾਂ ਦੇ ਬਰਸ਼ੇ ਹੀ ਉਹਨਾਂ ਕੋਲ, ਅਤੇ ਭਰਾ ਮੇਰੇ ਦੀ ਕਿਰਚੀ ਵੀ ਮਾਰੀ ਉਹਨਾਂ, ਅਤੇ ਮਾਤਾ ਜੀ ਦੇ ਦਾਤਰ ਮਾਰਿਆ ਉਹਨਾਂ ਹੱਥ 'ਤੇ, ਅਤੇ ਹੋਰ ਉਹਨਾਂ ਕਾਫੀ ਮਤਲਬ ਕਿ ਗਾਲਾਂ ਬੰਦਾ ਵੀ ਕੀਤਾ ਸੀ, ਅਤੇ ਸਾਡੇ ਮਤਲਬ ਸਾਡੀ ਜਾਤੀ ਨੂੰ ਵੀ ਮਤਲਬ ਕਿ ਇਹਨਾਂ ਕੀਤਾ। ਕੀ ਕਹਿੰਦੇ ਨੇ? ਚੂੜ ਚੜਾਮ ਕਹਿੰਦੇ ਨੇ, ਚੂੜੇ ਮਤਲਬ ਬਾਹਰ ਨਿਕਲੋ, ਗਾਲਾਂ ਕਾਫੀ ਕੱਢ ਕੇ ਗਏ ਨੇ। ਤਾਈ ਤੁਹਾਡੀ? ਤਾਈ ਸਾਡੀ ਵੀ ਮਤਲਬ ਪੂਰੀ ਹੋ ਗਈ ਹੈ ਉਹਨਾਂ ਦੇ ਕਾਰਨ, ਜਿੱਦਣ ਉਹ ਘਰ ਪਏ ਨੇ ਉਦਣ ਉਹ ਵੀ ਉੱਥੇ, ਅਤੇ ਉਹਨਾਂ ਸਗਮੇ ਕਾਰਨ ਉਹ ਵੀ ਪੂਰੇ ਹੋ ਗਏ ਨੇ। ਕਿੱਥੇ ਸੱਟਾਂ ਲੱਗੀਆਂ ਤੇਰੇ? ਮੇਰੇ ਸਿਰ 'ਚ ਲੱਗੀਆਂ, ਅਤੇ ਉਹਨਾਂ ਗੁੱਟ 'ਤੇ ਮਤਲਬ ਕਾਫੀ ਸੱਟਾਂ ਮਾਰੀਆਂ ਨੇ, ਗੁੱਟ ਭਰਾ ਦੇ ਸਿਰ 'ਚ ਲੱਗੀਆਂ ਨੇ, ਦਾਤਰ ਮਾਰੇ। ਪੁਲਿਸ ਨੂੰ ਦੱਸਿਆ ਜੀ? ਪੁਲਿਸ ਕਹਿੰਦੇ ਆ ਵੀ ਕਾਰਵਾਈ ਕਰਾਂਗੇ, ਹੁਣ ਤੱਕ ਕੋਈ ਇੱਥੇ ਬਿਆਨ ਲੈਣ ਨਹੀਂ ਆਇਆ ਹਸਪੀਟਲ। ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਉਹਨਾਂ ਖਿਲਾਫ਼। ਪੂਰੇ ਮਾਮਲੇ ਦੀ ਜਾਣਕਾਰੀ ਲੈਣ ਲਈ ਸਾਡੇ ਪੱਤਰਕਾਰ ਪਵਨ ਕੁਮਾਰ ਨੇ SHO ਮਨੋਜ ਕੁਮਾਰ ਦੇ ਨਾਲ ਗੱਲਬਾਤ ਕੀਤੀ। ਇਸ ਮੌਕੇ 'ਤੇ ਥਾਣਾ SHO ਦਾ ਕਹਿਣਾ ਸੀ ਕਿ ਪਿੰਡ ਭੁੱਲਰ ਵਿੱਚ ਦੋ ਧਿਰਾਂ ਦਾ ਆਪਸੀ ਝਗੜਾ ਹੋਇਆ ਹੈ। ਉਹਨਾਂ ਕਿਹਾ ਕਿ ਪੁਲਿਸ ਦੇ ਵੱਲੋਂ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੋ ਪਾਰਟੀਆਂ ਦਾ ਆਪਸੀ ਟਕਰਾਅ ਹੋਇਆ ਸੀਗਾ, ਇੱਕ ਬੰਦੇ ਨੇ 3 ਬੰਦੇ ਨੂੰ ਸੱਟਾਂ ਲਈ, ਇੱਕ ਬੰਦੇ ਦੂਜੀ ਸਾਈਡ ਜੀ, ਔਰ ਜਿਹੜੇ 3 ਬੰਦੇ ਨੂੰ ਸੱਟਾਂ ਲੱਗੀਆਂ ਨੇ
ਉਹਨਾਂ ਦੇ ਪਹਿਲਾਂ ਦੇ ਰਿਜ਼ਲਟ ਆਏ ਆ ਔਰ ਅਜੇ ਅੰਡਰ ਐਕਸਰੇ ਉਹਦੀ ਫਾਈਨਲ ਆਊਟਕਮ ਸਾਡੇ ਕੋਲ ਨਹੀਂ ਆਇਆ ਪਲੀਸ ਵੱਲੋਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹਨਾਂ ਦੇ ਕੇਸ ਅਜੇ ਤਾਂ ਬਸ ਵੇਟ ਕਰ ਰਹੇ ਜੀ ਉਹਨਾਂ ਦੀ ਐਕਸੀਡੈਂਟ ਰਿਪੋਰਟ ਆ ਜਾਂਦੀ ਹੈ ਫਿਰ ਨੇਚਰ ਆਫ ਇੰਜਰੀ ਪਲੱਸ ਕਿੰਨੀ ਉਹਦੀ ਡੈਪਥ ਹੈਗੀ ਹੈ ਸਾਰਾ ਪਤਾ ਲੱਗੇ ਫਿਰ ਉਸ ਹਿਸਾਬ ਨਾਲ ਸਟੇਟਮੈਂਟ ਲਏ ਇੱਕ ਸਰ ਜਿਹੜਾ ਸਤਨਾਮ ਸਿੰਘ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਜਿਹੜਾ ਸਾਨੂੰ ਕੋਈ ਜਾਤੀ ਜਿਹੜਾ ਸੁੱਤ ਸ਼ਬਦ ਵਰਤੇ ਕਹਿੰਦੇ ਨੇ ਇਹਨਾਂ ਬਾਰੇ ਸਰ ਕੀ ਕਹਿਣਾ ਚਾਹੋਗੇ ਜੀ ਇਹੋ ਜਿਹਾ ਫੈਕਟ ਕੁਝ ਸਾਹਮਣੇ ਆਇਆ ਓਕੇ ਸਰ ਮੌਕਾ ਦੇਖਿਆ ਆਪ ਜੀ ਤੁਹਾਨੂੰ ਵੇਖਿਆ ਗਿਆ ਮੌਕਾ ਦੇਖਣ ਗਿਆ ਸੀ ਸ਼ੇਰਪਾਲ ਸਿੰਘ ਜੀ ਸਾਰੀ ਤਸਦੀਕ ਕਰਕੇ ਕੋਈ ਗੱਲ ਤਰਨ ਤਾਰਨ ਤੋਂ ਪਵਨ ਕੁਮਾਰ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।